ਪੰਜਾਬ ਦੇ ਦੀ ਸੰਦੀਪ ਕੌਰ ਨੇ ਕੈਨੇਡਾ ਦੀ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਨਾਂ ਰੋਸ਼ਨ ਕੀਤਾ। ਲੜਕੀ ਦੇ ਪਿਤਾ ASI ਦਵਿੰਦਰ ਸਿੰਘ ਗਸ਼ਾ ਨੇ ਦੱਸਿਆ ਕਿ ਮੇਰੇ ਤਿੰਨ ਬੱਚੇ ਨੇ, ਤਿੰਨੋਂ ਬੱਚੇ ਕੈਨੇਡਾ ਦੇ ਵਿੱਚ ਰਹਿੰਦੇ ਨੇ। ਮੇਰੀ ਬੇਟੀ ਸੰਦੀਪ ਕੌਰ ਨੇ ਬੀਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਕੈਨੇਡਾ ਜਾ ਕੇ ਪੜ੍ਹਨ ਦਾ ਫੈਸਲਾ ਕੀਤਾ ਸੀ। ਮੇਰੀ ਬੇਟੀ ਸੰਦੀਪ ਕੌਰ 2017 ਦੇ ਵਿੱਚ ਕੈਨੇਡਾ ਗਈ ਸੀ। ਉੱਥੇ ਜਾ ਕੇ ਉਸਨੇ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋਣ ਲਈ ਆਪਣੀ ਪੜ੍ਹਾਈ ਨੂੰ ਜਾ ਕੇ ਪੂਰਾ ਕੀਤਾ। ਉੱਥੇ ਇਸ ਮੌਕੇ 'ਤੇ DSP ਤਰਲੋਚਨ ਸਿੰਘ ਨੇ ਕਿਹਾ ਕਿ ਸਾਡੇ ਥਾਣੇ ਦੇ ASI ਦਵਿੰਦਰ ਸਿੰਘ ਗੱਚੇ ਦੀ ਬੇਟੀ ਸੰਦੀਪ ਕੌਰ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਕੇ ਪੁਲਿਸ ਜ਼ਿਲ੍ਹਾ ਖੰਨਾ ਦਾ ਨਾਂ ਰੋਸ਼ਨ ਕੀਤਾ। ਸਾਨੂੰ ਆਪਣੀ ਬੇਟੀ ਸੰਦੀਪ ਕੌਰ ਤੋਂ ਬਹੁਤ ਮਾਣ ਹੈ। ਉੱਥੇ ਦੱਸਦੀ ਕਿ ਸੰਦੀਪ ਕੌਰ ਦੇ ਮਾਂ ਪਰਮਜੀਤ ਕੌਰ ਨੇ ਕਿਹਾ ਕਿ ਮੇਰੀ ਬੇਟੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਮੇਰਾ ਨਾਮ ASI ਦਵਿੰਦਰ ਸਿੰਘ ਹੈ, ਥਾਣਾ ਸਮਰਾਲਾ ਮੈਂ ਪੋਸਟਿੰਗ ਹਾਂ, ਪਿੰਡ ਮੇਰਾ ਢਾਚਾ। ਮੇਰੀ ਬੇਟੀ ਸਟੱਡੀ ਵੇਜ 'ਤੇ ਸੰਦੀਪ ਕੌਰ ਬਾਹਰ ਕੈਨੇਡਾ ਗਏ ਸੀ। ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ। ਛੋਟੀ ਬੇਟੀ ਹੈ ਮੇਰੀ ਜਿਹਨੇ ਪੁਲਿਸ ਦੇ ਵਿੱਚ ਜੁਆਇਨ ਕੀਤਾ। ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ, ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ PR ਤੋਂ ਬਾਅਦ ਪੁਲਿਸ ਮਹਿਕਮਾ ਜੁਆਇਨ ਕੀਤਾ। ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ। 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਜਦ ਉਹਦੀ ਪਾਸਪੋਰਟ ਅਪਡੇਟ ਸੀ, ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ। ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀ ਪਾ ਕੇ ਉੱਥੇ ਗਿਆ ਅਤੇ ਵਰਦੀ ਪਾ ਕੇ ਮੇਰੀ ਬੇਟੀ ਕੈਨੇਡਾ ਪੁਲ ਦੀ ਅਤੇ ਪੰਜਾਬ ਪੁਲ ਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪਰੇਡ ਕੀਤੀ ਅਤੇ ਇਕੱਠਿਆਂ ਮਾਣ ਮਹਿਸੂਸ ਹੋਇਆ ਜਦੋਂ ਮੈਂ ਸਲੂਟ ਮਾਰਿਆ ਅਤੇ ਮੈਨੂੰ ਕੈਨੇਡਾ ਪੁਲਿਸ ਨੇ ਸਲੂਟ ਮਾਰਿਆ ਅਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸਨੂੰ 12 ਤਰੀਕ ਨੂੰ ਕੈਨੇਡਾ ਥਾਣੇ ਜੁਆਇਨ ਕਰਾ ਕੇ ਆਇਆ ਜੀ। ਕਿਹੜੇ ਸਾਲ 'ਚ ਕੁੜੀ ਗਈ ਸੀ ਬਾਹਰ? ਮੇਰੀ ਬੇਟੀ 2017 ਵਿੱਚ ਗਈ ਸੀ ਜੀ ਸਟੱਡੀ ਬੇਸ 'ਤੇ ਬਾਹਰ। ਦੇਖਿਆ ਜਾਵੇ ਅੱਜ ਕੱਲ੍ਹ ਕੁੜੀਆਂ ਦੇ ਮੁੰਡਿਆਂ ਵਿੱਚ ਬੜਾ ਫਰਕ ਰੱਖਿਆ ਜਾਂਦਾ, ਅਤੇ ਤੁਸੀਂ ਕਿਵੇਂ ਦੇਖਦੇ ਹੋ ਕੁੜੀ ਨੇ ਤੁਹਾਡੀ ਨੇ ਇੰਨਾ ਤਰੱਕੀ ਕੀਤੀ ਹੈ? ਚਲੋ ਬੇਟੀਆਂ ਔਰ ਬੇਟੇ 'ਚ ਫਰਕ ਨਿਕਲ ਜਾਂਦਾ। ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਝਾਂਸੀ ਜੀ ਹੋ ਗਏ ਜੀ, ਕਲਪਨਾ ਚਾਵਲਾ ਹੋ ਗਏ, ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ SSP ਸਾਹਿਬ ਮੈਡਮ ਨਵਨੀਤ ਕੌਂਡਲ ਜੀ ਸਾਡੇ SSP ਲੱਗੇ ਨੇ IPS। ਜਾਣੀ ਮੈਂ ਮਾਣ ਮਹਿਸੂਸ ਵਾਲੀ ਗੱਲ ਹੈ ਜੀ, ਕਿਉਂਕਿ ਮੈਂ ਕਹਿੰਦਾ ਬੇਟੇ ਔਰ ਬੇਟੇ 'ਚ ਫੜਦੇ ਆ, ਬੇਟੇ ਨੂੰ ਪੜ੍ਹਾਓ ਵੱਧ ਤੋਂ ਵੱਧ। ਜਦੋਂ ਉਹਨੇ ਪੜ੍ਹਦੀ ਹੁੰਦੀ ਸੀਗੀ ਉਦੋਂ ਕਹਿੰਦੀ ਸੀ ਵੀ ਮੈਂ ਪਾਪਾ ਉੱਥੇ ਜਾ ਕੇ ਇਸ ਤਰ੍ਹਾਂ ਜੁਆਇਨ ਕਰਨੀ ਹੈ ਜਾਂ ਮੈਂ ਪੰਜਾਬ ਪੁਲਿਸ ਜਾਂ ਰੇਡੀਓ ਪੁਲਿਸ ਭਰਤੀ ਹੋਣਾ? ਨਹੀਂ ਜੀ, ਇਹ ਤਾਂ ਸਰਪ੍ਰਾਈਜ਼ ਹੀ ਦਿੱਤਾ ਉਹਨੇ ਜੀ, ਕਿਉਂਕਿ ਇੱਧਰ ਉਹਦੀ ਪੜ੍ਹਾਈ ਸੀਗੀ, ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ, ਬੀਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆ ਫਤਿਹਗੜ੍ਹ ਸਾਹਿਬ ਤੋਂ ਜੀ। ਉਸ ਤੋਂ ਬਾਅਦ MTech ਕੀਤੀ ਉਹਨੇ ਉੱਧਰ ਜਾ ਕੇ ਕੈਨੇਡਾ 'ਚ, ਉਸ ਤੋਂ ਬਾਅਦ ਥੋੜ੍ਹੇ ਜਿਹੇ ਵਰਕ ਕੰਮ ਕੀਤਾ ਜਾਂ PR ਤੋਂ ਬਾਅਦ ਫਿਰ ਉਹਨੇ ਪੁਲਿਸ ਮਹਿਕਮਾ ਜੁਆਇਨ ਕੀਤਾ। ਤੁਹਾਡੇ ਤਿੰਨ ਬੱਚੇ ਨੇ, ਤਿੰਨੋਂ ਬਾਹਰ ਨੇ? ਹਾਂਜੀ, ਮੇਰੀ ਵੱਡੀ ਬੇਟੀ ਵੀ ਉੱਧਰ ਆ ਜੀ, ਅਤੇ ਮੇਰਾ ਛੋਟਾ ਬੇਟਾ ਤੋਂ ਸੰਦੀਪ ਤੋਂ, ਉਹ ਵੀ ਉਹ ਕੈਨੇਡਾ ਵਿੱਚ। ਅਤੇ ਅੱਜ ਤੁਹਾਡਾ ਥਾਣੇ ਵਿੱਚ ਸਨਮਾਨ ਕੀਤਾ ਗਿਆ, ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ? ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਸਨਮਾਨ ਮਿਲਿਆ ਜੀ, ਉਸ ਤਰ੍ਹਾਂ ਮੇਰੇ ਥਾਣੇ ਦੇ ਵਿੱਚ ਸਾਡੇ DSP ਸਾਹਿਬ ਸਰਦਾਰ ਤਰਲੋਚਨ ਸਿੰਘ, ਮੇਰੇ SHO ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ, ਸਾਡਾ ਸਮੂਹ ਸਟਾਫ ਜੀ, ਅਤੇ ਮੈਂ ਜਾਣੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਜੋ ਅੱਜ ਮੈਨੂੰ ਮਾਣ ਮਹਿਸੂਸ। ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ, ਕੀ ਕਹਿਣਾ ਚਾਹੁੰਦੇ ਹੋ ਮਾਪਿਆਂ ਨੂੰ? ਮੈਂ ਤਾਂ ਇਹੀ ਆਖਾਂਗਾ ਜੀ, ਕਿਸੇ ਨੂੰ ਆਪਣੇ ਮਾਂ ਬਾਪ ਨੂੰ ਬੇਟੇ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ। ਈਵਨ ਬੇਟਿਆਂ ਦੇ ਬਰਾਬਰ ਹੀ ਬੇਟੀਆਂ ਰੱਖੋ, ਕਿਉਂਕਿ ਬੇਟੀਆਂ ਅੱਜ ਕੱਲ੍ਹ ਬਹੁਤ ਅੱਗੇ ਜਾ ਰਹੇ, ਉੱਚ ਉੱਚੇ ਅਹੁਦੇ 'ਤੇ ਜਾ ਰਹੇ ਨੇ। ਬੇਟੀ ਤਾਂ ਮੈਂ ਜੀ ਰੱਖੀ ਆ, ਮੈਰਿਜ ਸ਼ਾਇਦ ਸਤੰਬਰ ਦੇ ਵਿੱਚ ਆ ਗਈ। ਮੇਰਾ ਨਾਂ ਪਰਮਜੀਤ ਕੌਰ, ਮੇਰੀ ਬੇਟੀ ਦਾ ਨਾਂ ਸੰਦੀਪ ਕੌਰ। ਉਹ 2017 ਸਟੱਡੀ ਬੇਸ 'ਤੇ ਕੈਨੇਡਾ ਗਏ, ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ। ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ, 6 ਮਹੀਨੇ ਟ੍ਰੇਨਿੰਗ ਲੈਣ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿਵੇਂ ਸੀਗਾ ਉੱਥੇ ਉਹ ਕਰਿਆ।
ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਣੀ ਰੈਂਕ ਮਤਲਬ ਡਿਊਟੀ ਜੁਆਇਨ ਕਰਨੀ ਸੀ, ਉਹਨਾਂ ਨੇ ਆਪਣੇ ਪਾਪਾ ਨੂੰ ਇੱਧਰੋਂ ਬੁਲਾਇਆ। ਸਾਨੂੰ ਬਹੁਤ ਮਾਣ ਦੀ ਗੱਲ ਹੈ, ਮੇਰੀ ਬੇਟੀ ਉੱਥੇ ਓਪੀ ਪੁਲਿਸ 'ਚ ਭਰਤੀ ਹੋਈ ਅਤੇ ਮੇਰੇ ਪਤੀ ਜੋ ਇੱਥੇ ਪੰਜਾਬ ਪੁਲਿਸ ਸੀ ਉੱਥੇ ਜਾ ਕੇ ਦੋਹਾਂ ਜਣਿਆਂ ਨੇ ਇਕੱਠਿਆਂ ਨੇ ਪਰੇਡ ਵੀ ਕਰੀ। ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ 'ਤੇ। ਮੇਰੇ ਹੀ ਅਰਦਾਸ ਆ ਸਭ ਦੇ ਬੱਚੇ ਹੀ ਕਿਤੇ ਸਫਲ ਹੋਣ। ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ 'ਤੇ ਮਾਣ ਹੋਣਾ ਚਾਹੀਦਾ ਜੀ। ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉੱਥੇ ਗਏ ਨੇ ਅਤੇ ਬੇਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਵਰਦੀ ਪਾਈ ਹੋਈ ਸੀ, ਹਾਂਜੀ, ਕਿਵੇਂ ਉਹ ਜਿਹੜੇ ਪਲ ਨੇ ਤੁਸੀਂ ਦੇਖੇ ਹੋਣੇ? ਉਹ ਪਲ ਜੀ ਮੈਂ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ। ਉਸ ਸਮੇਂ ਅਸੀਂ ਇੰਨੇ ਮੋਸ਼ਨ ਹੋ ਗਏ, ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਲ ਇੰਨਾ ਜਵਾਨ ਕਰਿਆ। ਬਹੁਤ ਮਾਣ ਨਾਲ ਅਸੀਂ ਆਪਣੀ ਬੇਟੀ ਦੇ, ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ, ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਦੇ ਉਸ ਟਾਈਮ ਉੱਥੇ। ਹੁਣ ਵੀ ਤੁਸੀਂ ਯਾਦ ਕਰਕੇ ਭਾਵੁਕ ਹੋ ਰਹੇ ਹੋ? ਹਾਂਜੀ, ਭਾਵੁਕ ਹੋ ਰਹੀ ਹਾਂ ਜੀ। ਮਤਲਬ ਵੀ ਬਹੁਤ ਮਾਣ ਆ, ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ, ਵੀ ਮੈਂ ਕਹਿੰਦੀ ਪੜ੍ਹਾਉਣਾ ਚਾਹੀਦਾ, ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ, ਉਹ ਆਪਣਾ ਪੈਰਾਂ ਤੇ ਖੜੇ ਹੋਣ ਜਾਈ, ਮਾਂ ਪਿਓ ਨੂੰ ਕਰਨਾ ਚਾਹੀਦਾ ਇਹਨੂੰ ਪੂਰਨ ਜੀ। ਜਿਵੇਂ ਕਿ ਸਮਾਜ ਵਿੱਚ ਕੁੜੀਆਂ ਮੁੰਡੇ 'ਚ ਫਰਕ ਰੱਖਿਆ, ਹਾਂਜੀ, ਵੀ ਕੁੜੀ ਦੀ ਐਡੀ ਬੜੀ, ਹਾਂਜੀ, ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ, ਉਰੇ ਵੀ ਨਹੀਂ ਅਸੀਂ ਰੱਖਿਆ। ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿਵੇਂ ਤੁਸੀਂ ਆਪਣਾ ਕਰਨਾ, ਪੜ੍ਹਾਈ ਕਰਨੀ ਕੁਛ ਕਰੋ, ਉਦਾਂ ਹੀ ਮੇਰੇ ਹਸਬੈਂਡ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ। ਪਰ ਅਸੀਂ ਸਾਡੀ ਇਹੀ ਸੋਚ ਹੈ ਜੀ, ਅੱਜ ਕੱਲ੍ਹ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ, ਬੇਟਾ ਹੋਇਆ ਬੇਟੀ ਹੋਈ, ਪਰ ਬੇਟੀਆਂ 'ਤੇ ਅੱਜ ਕੱਲ੍ਹ ਬਹੁਤ ਮਾਣ। ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੈਂਡ ਅਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ। ਬਸ ਇਹੀ ਮੇਰੀ ਕਹਿਣਾ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ, ਬੇਟਿਆਂ ਔਰ ਬੇਟੇ 'ਚ ਕੋਈ ਫਰਕ ਨਹੀਂ ਹੈਗਾ ਜੀ। ਬੇਟੀਆਂ ਬੇਟਿਆਂ ਨੂੰ ਵੱਧ ਰੋਸ਼ਨ ਨਾ ਕਰਦੇ ਨੇ ਮਾਣੀ। ਇਹ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਗਰਚਾ ਜੀ ਸਮਰਾਲੇ ਥਾਣੇ ਪੁੱਛਦੇ ਗਏ, ਇਹਨਾਂ ਦੀ ਬੇਟੀ ਹੈ ਸੰਦੀਪ ਕੌਰ, ਸਾਡੀ ਆਪਣੀ ਬੇਟੀ ਹੈ, ਸਾਡੇ ਆਪਣੇ ਪਰਿਵਾਰ ਨੇ, ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਇਹ ਬੱਚੀ ਨੇ ਕਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ, ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਜਿਹੜਾ ਨਾਮ ਉੱਚਾ ਕੀਤਾ ਹੈ। ਇਸ ਤੋਂ ਬਿਨਾਂ ਮੈਂ ਇਹ ਵੀ ਗੱਲ ਦੱਸਣੀ ਚਾਹੁੰਦਾ, ਇਹ ਬੇਟੀ ਨੇ ਉੱਥੇ ਆਲਮੋਸਟ ਥਰਡ ਪੁਜੀਸ਼ਨ ਲਈ ਹੈ, ਅੰਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੱਚੀ। ਅਤੇ ਉਦੋਂ ਬਹੁਤ ਹੀ ਜਿਹੜੀ ਰੋਮਾਂਚਕ ਗੱਲ ਸੀ ਜਦੋਂ ਸਾਡੇ ਥਾਣੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਹਦੀ ਪਾਸਪੋਰਟ ਪਰੇਡ 'ਤੇ, ਜਦੋਂ ਇਹਨਾਂ ਨੇ ਯੂਨੀਫਾਰਮ ਉੱਥੇ ਕਮਿਸ਼ਨਰ ਸਾਹਿਬ ਨੂੰ ਮਿਲੇ ਸਲੂਟ ਮਾਰਿਆ ਅਤੇ ਇਹਨਾਂ ਦੀ ਬੇਟੀ ਨੇ ਉਹਨਾਂ ਦੇ ਗੱਲ ਲੱਗ ਕੇ ਮਿਲੀ ਆ, ਇਹ ਤੋਂ ਵੱਡੀ ਮਾਣ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ। ਪਹਿਲਾਂ ਨਹੀਂ, ਇਹ ਫਸਟ ਆਇਆ ਵੀ ਸਾਡੇ ਬੱਚੇ ਤਾਂ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਤਾਂ ਭਰਤੀ ਹੋ ਰਹੇ ਆ, ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਭਰਤੀ ਹੋਈ ਆ, ਸਾਡੇ ਲਈ ਬੜੀ ਮਾਣ ਵਾਲੀ ਗੱਲ। ਸਰ ਕਿਵੇਂ ਦੇਖਦੇ ਹੋ ਕਈ ਜਗ੍ਹਾ ਹਾਲੇ ਵੀ ਵਿਤਕਰਾ ਕੀਤਾ ਜਾਂਦਾ ਧੀਆਂ ਨਾਲ, ਬੱਚੇ ਧੀਆਂ ਦੇ ਮੁੰਡਿਆਂ ਨਾਲ ਦੇਖਦੇ ਨੇ ਤਾਂ ਧੀਆਂ ਨਾਲ ਵਿਤਕਰਾ ਕੀਤਾ ਜਾਂਦਾ, ਉੱਥੇ ਪਹਿਲੇ ਆਪਣੀ ਧੀ ਨੇ ਜਿਹੜੀ ਉਹ ਕਨੇਡਾ ਵਿੱਚ ਨਾਮ ਰੋਸ਼ਨ। ਇਹ ਨਾ ਜੀ ਪਹਿਲੇ ਮੈਂ ਤੇ ਕਹਿੰਦਾ ਨੈਗੇਟਿਵ ਸੋਚ ਹੈ, ਅੱਜ ਦੇ ਯੁੱਗ ਦੇ ਵਿੱਚ ਜਿਹਨਾਂ ਬੱਚੀਆਂ ਤੁਸੀਂ ਮੈਰਿਟ ਲਿਸਟ ਦੇਖ ਲਓ, ਸਕੂਲਾਂ ਕਾਲਜਾਂ ਦੀ ਦੇਖ ਲਓ, ਨੌਕਰੀ ਵਾਲੇ ਪਾਸੇ ਦੇਖ ਲਓ, ਜਿਹੜੇ ਕੰਪੀਟੀਸ਼ਨ ਵੀ ਜਿਹੜੇ UPSC ਦੇ PPSC ਦੇ, ਬੱਚੀਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ, ਇਹ ਕੋਈ ਵਿਤਕਰਾ ਨਹੀਂ ਸਾਨੂੰ ਕਰਨਾ ਚਾਹੀਦਾ, ਸਗੋਂ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ।